ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ, ਜੈ ਮਸਤਾਂ ਦੀ। ਦੋਸਤੋ, ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ 'ਚ ਲੈ ਕੇ ਮੈਂ ਹਾਜ਼ਰ ਹੋਇਆ, ਬਾਬਾ ਭੈਰੋ ਜੀ ਦਾ ਇੱਕ ਬੜਾ ਹੀ ਜ਼ਬਰਦਸਤ ਢਾਲਾ ਲੈ ਕੇ ਹਾਜ਼ਰ ਹੋਇਆ, ਜਿਹੜਾ ਕਿ ਰੋਗ ਸ਼ੋਕ ਨੂੰ, ਕਿਸੇ ਵੀ ਰੋਗ ਨੂੰ, ਕਿਸੇ ਵੀ ਬਿਮਾਰੀ ਨੂੰ ਜਾਂ ਕਿਸੇ ਵੀ ਮੁਸ਼ਕਲ ਪਏ ਕੰਮ ਨੂੰ ਦੂਰ ਕਰਦਾ ਆ। ਜਿਹੜਾ ਇਹ ਢਾਲਾ, ਇਹ ਬਾਬੇ ਭੈਰੋ ਦਾ ਬਹੁਤ ਹੀ ਜ਼ਬਰਦਸਤ ਢਾਲਾ ਆ। ਵੈਸੇ ਤਾਂ ਬਾਬਾ ਭੈਰੋ ਜੀ ਦੇ ਬਹੁਤ ਢਾਲੇ ਪਾਏ ਹੋਏ ਆ ਪਹਿਲਾਂ ਦੇ, ਅਸੀਂ ਇਹ ਵੀ ਢਾਲਾ ਤੁਹਾਨੂੰ ਇਸ ਕਰਕੇ ਦੇ ਰਹੇ ਹਾਂ, ਇਸ ਢਾਲੇ ਦੇ ਨਾਲ ਬਹੁਤ ਜ਼ਿਆਦਾ ਜਿਹੜੇ ਕਹਿ ਲਓ ਕਿ ਬਿਮਾਰ ਹੋਏ ਸੀ ਜਾਂ ਬਿਲਕੁਲ ਹੀ ਮੰਜੇ 'ਤੇ ਪਏ ਸੀ, ਜਿਹੜੇ ਉੱਠ ਨਹੀਂ ਪਾਏ ਸੀ, ਉਹ ਇਸ ਢਾਲੇ ਨੂੰ ਕਰਕੇ ਉਹਨਾਂ ਨੂੰ ਆਰਾਮ ਆਇਆ ਅਤੇ ਉਹਨਾਂ ਨੂੰ ਫਰਕ ਪਿਆ ਬਹੁਤ, ਅਤੇ ਉਹ ਠੀਕ ਵੀ ਹੋਏ ਨੇ। ਤਾਂ ਦੋਸਤੋ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਓ। ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ, ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ, ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤਾਂ ਕਿ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ। ਤਾਂ ਦੋਸਤੋ, ਇਹ ਜਿਹੜਾ ਬਾਬਾ ਭੈਰੋ ਜੀ ਦਾ ਢਾਲਾ ਆ, ਇਸ ਢਾਲੇ ਦੇ ਵਿੱਚ ਬਾਬਾ ਭੈਰੋ ਜੀ ਤੁਹਾਡੇ ਹਰ ਰੋਗ ਨੂੰ, ਹਰ ਬਿਮਾਰੀ ਨੂੰ ਹਰ ਲੈਂਦੇ ਆ, ਹਰ ਕੇ ਉਸ ਬਿਮਾਰੀ ਨੂੰ ਬਿਲਕੁਲ ਜੜ ਤੋਂ ਖਤਮ ਕਰ ਦਿੰਦੇ ਆ। ਕੁਛ ਬਿਮਾਰੀਆਂ ਇੱਦਾਂ ਦੀਆਂ ਵੀ ਹੁੰਦੀਆਂ ਜਿਹੜੀਆਂ ਕਿ ਕਿਤੇ ਕਿਰਾਏ ਨਾਲ ਲਾਈਆਂ ਜਾਂਦੀਆਂ। ਇੱਕ ਬਿਮਾਰੀ ਤਾਂ ਉੱਦਾਂ ਲੱਗ ਜਾਂਦੀ ਹੈ, ਇੱਕ ਕਿਸੇ ਨੂੰ ਕੋਈ ਵੀ ਜਾਦੂ ਟੂਣਾ ਕਰਕੇ ਜਾਂ ਕਾਲਾ ਇਲਮ ਦੇ ਨਾਲ ਬੰਦੇ ਨੂੰ ਬਿਮਾਰ ਕਰ ਦਿੱਤਾ ਜਾਂਦਾ ਆ, ਜਿਹਦੇ ਨਾਲ ਕੀ ਹੁੰਦਾ ਆ ਜੀ, ਜਦੋਂ ਵੀ ਉਹ ਬੰਦਾ ਕੋਈ ਵੀ ਦਵਾਈ ਖਾਂਦਾ, ਉਹਦੀ ਦਵਾਈ ਨਹੀਂ ਲੱਗਦੀ, ਉਹਨੂੰ ਅਸਰ ਨਹੀਂ ਹੁੰਦਾ। ਅਤੇ ਜੇ ਕੋਈ ਡਾਕਟਰ ਵੀ ਇਲਾਜ ਕਰ ਕਰਕੇ ਥੱਕ ਜਾਂਦੇ ਆ, ਡਾਕਟਰਾਂ ਤੋਂ ਵੀ ਆਰਾਮ ਨਹੀਂ ਆਉਂਦਾ, ਅਤੇ ਜਿਹੜੀ ਬਿਮਾਰੀ ਵੱਧਦੀ 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 ਇੰਨੀ ਵੱਧ ਜਾਂਦੀ ਆ ਕਿ ਉਹਦਾ ਕੋਈ ਹੱਲ ਨਹੀਂ ਨਿਕਲ ਪਾਉਂਦਾ। ਬਿਮਾਰੀਆਂ ਚਾਹੇ ਕਿਹੜੀਆਂ ਕੋਈ ਵੀ ਹੋਣ, ਇਹਦੇ ਨਾਲ ਕੀ ਹੈ, ਜਿਹੜੀ ਬਿਮਾਰੀ ਹੈ ਹੌਲੀ ਹੌਲੀ ਉਸ ਬਿਮਾਰੀ ਤੋਂ ਰਾਹਤ ਮਿਲ ਜਾਂਦੀ ਹੈ, ਅਤੇ ਜੇ ਕੋਈ ਇੱਦਾਂ ਦੀ ਕਿਤੇ ਕਿਰਾਏ ਵਾਲੀ ਵੀ ਗੱਲ ਹੋਵੇ ਤਾਂ ਉਹ ਵੀ ਪਿੱਛੇ ਹਟ ਜਾਂਦੀ ਹੈ। ਪਰ ਇਹ ਜਿਹੜਾ ਢਾਲਾ ਆ, ਬਹੁਤ ਹੀ ਕਹਿ ਲਓ ਕਿ ਇਹਨੂੰ ਬਹੁਤ ਸਮਝਦਾਰੀ ਨਾਲ ਵੀ ਕੀਤਾ ਜਾਂਦਾ ਹੈ ਅਤੇ ਸ਼ਾਂਤ ਤਰੀਕੇ ਨਾਲ ਵੀ ਇਹਨੂੰ ਕੀਤਾ ਜਾਂਦਾ ਹੈ। ਬਿਲਕੁਲ ਇਹਦੇ ਵਿੱਚ ਕੀ ਹੁੰਦਾ, ਬੰਦਾ ਜਦੋਂ ਇਸ ਢਾਲੇ ਨੂੰ ਕਰਨ ਜਾਂਦਾ ਕਿ ਜਦੋਂ ਕਰਦਾ ਆ, ਬੰਦੇ ਨੂੰ ਇਹ ਲੱਗਦਾ ਕਿ ਅੱਗਿਓਂ ਜਿਹੜਾ ਕੰਮ ਅਸੀਂ ਕਰਕੇ ਉਹਨਾਂ ਫਰਕ ਨਹੀਂ ਪਿਆ। ਤਾਂ ਇਹਨਾਂ ਤੁਸੀਂ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਗਾ, ਕਿਸੇ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ, ਤੁਹਾਨੂੰ ਤੁਸੀਂ ਆਪਣਾ ਜਿਹੜਾ ਕਰਮ ਹੈ ਉਹ ਕਰਦੇ ਰਹਿਣਾ, ਤੁਹਾਨੂੰ ਇਹਦੇ ਵਿੱਚ ਜਿਹੜਾ 100% ਰਿਜ਼ਲਟ ਮਿਲਣਾ ਹੀ ਮਿਲਣਾ ਹੈ। ਸ਼ੁਕਰ ਕਿ ਜਿਹੜੇ ਸਾਡੇ ਢਾਲੇ ਦਿੱਤੇ ਹੁੰਦੇ ਆ ਉਹਨਾਂ ਵਿੱਚ ਤੁਹਾਨੂੰ ਪਤਾ ਪਰਮਾਤਮਾ ਦਾ ਪੂਰੀ ਆਗਿਆ ਲੈ ਕੇ, ਮਾਲਕ ਦਾ ਆਸ਼ੀਰਵਾਦ ਲੈ ਕੇ ਅਸੀਂ ਢਾਲਾ ਦਿੰਦੇ ਹਾਂ। ਅਤੇ ਇਹ ਜਿਹੜੇ ਢਾਲੇ ਆ ਬਹੁਤ ਹੀ ਪ੍ਰਾਚੀਨ ਅਤੇ ਬਜ਼ੁਰਗਾਂ ਦੇ ਦਿੱਤੇ ਹੋਏ ਢਾਲੇ ਆ, ਇਹਨਾਂ ਢਾਲਿਆਂ ਦੇ ਨਾਲ ਵੱਡੇ ਵੱਡੇ ਕੰਮ ਚੁਟਕੀਆਂ ਦੇ ਵਿੱਚ ਬਣ ਜਾਂਦੇ ਆ। ਤਾਂ ਇਸ ਕਰਕੇ ਜਿਹੜਾ ਇਹ ਢਾਲਾ ਆ, ਇਹਨੂੰ ਤੁਸੀਂ ਬਿਨਾਂ ਵਹਿਮ ਕੀਤੇ ਤੋਂ, ਬਿਨਾਂ ਸੰਕੋਚ ਕੀਤੇ ਤੋਂ ਇਹਨੂੰ ਕਰ ਲੈਣਾ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ। ਤਾਂ ਦੋਸਤੋ, ਇਹ ਹੁਣ ਢਾਲਾ ਅਸੀਂ ਜਿੱਦਾਂ ਇੱਕ ਮਾਤਾ ਜੀ ਸੀ ਬਜ਼ੁਰਗ, ਬਹੁਤ ਬਿਮਾਰ ਸਨ, ਉਹਨਾਂ ਨੂੰ ਆਰਾਮ ਨਹੀਂ ਸੀ ਮਿਲਦਾ, ਅਤੇ ਅਸੀਂ ਉਹਨਾਂ ਨੂੰ ਜਦੋਂ ਇਹ ਢਾਲਾ ਉਹਨਾਂ ਦੇ ਪਰਿਵਾਰ ਨੂੰ ਜਦੋਂ ਦੱਸਿਆ ਵੀ ਇਹ ਤੁਸੀਂ ਢਾਲਾ ਲਗਾਤਾਰ ਕਰੋ, ਅਤੇ ਇਹ ਜਦੋਂ ਢਾਲਾ ਲਗਾਤਾਰ ਉਹਨਾਂ ਨੇ ਜਦੋਂ ਕੀਤਾ ਅਤੇ ਉਹਨਾਂ ਨੂੰ ਆਰਾਮ ਆ ਗਿਆ ਸੀ, ਅਤੇ ਮਾਤਾ ਸ਼੍ਰੀ ਜਿਹੜੇ ਸੀ ਉਹਨਾਂ ਦੇ ਮਾਤਾ ਜੀ ਸੀ, ਉਹਨਾਂ ਨੂੰ ਦਵਾਈ ਵੀ ਲੱਗਣ ਲੱਗ ਪਈ ਸੀ, ਦਵਾਈਆਂ ਖਾਣ ਦੇ ਵੀ ਸੀ, ਅਤੇ ਚੰਗੇ ਭਲੇ ਤੁਰਨ ਫਿਰਨ ਲੱਗ ਪਿਆ ਸੀ। ਇਹਦਾ ਜਿਹੜਾ ਰਿਜ਼ਲਟ ਹੈ, ਦੇਖੋ ਇਹਦਾ ਰਿਜ਼ਲਟ ਇਹਨੂੰ ਲਗਾਤਾਰ ਕੀਤਾ ਜਾਂਦਾ, ਪਰ ਜਿਹੜਾ ਰਿਜ਼ਲਟ ਆ ਤੁਹਾਨੂੰ ਵਿਛੋੜੇ ਦਿਨਾਂ 'ਚ ਮਿਲ ਜਾਂਦਾ।
ਪਰ ਸਵਾ ਮਹੀਨੇ ਦੇ ਵਿੱਚ ਉਹ ਜਿਹੜਾ ਬੰਦਾ ਆ, ਸਵਾ ਮਹੀਨੇ ਦੇ ਵਿੱਚ ਉਹ ਜਿਹੜਾ ਜਿਹਦੇ ਲਈ ਤੁਸੀਂ ਕੀਤਾ ਹੋਵੇ, ਸਵਾ ਮਹੀਨੇ ਦੇ ਵਿੱਚ ਉਹ ਬੰਦਾ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਂਦਾ ਆ। ਅਤੇ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਗੀ, ਘਬਰਾਉਣਾ ਕਿਸੇ ਗੱਲ ਦਾ ਨਹੀਂ ਗਾ। ਜਿਹੜਾ ਢਾਲਾ ਤੁਹਾਨੂੰ ਦੱਸਾਂਗੇ, ਜਿਸ ਤਰੀਕੇ ਨਾਲ ਦੱਸਾਂਗੇ ਉਹਨੂੰ ਉਸੇ ਤਰੀਕੇ ਨਾਲ ਕਰ ਲਿਆ ਕਰੋ, ਜ਼ਿਆਦਾ ਚੱਕਰ ਦੇ ਵਿੱਚ ਪੈਣ ਦੀ ਲੋੜ ਨਹੀਂ ਗੀ ਦੋਸਤੋ। ਹੁਣ ਇਹ ਤੁਹਾਨੂੰ ਦੱਸ ਦਈਏ, ਇਹਦੇ ਨਾਲ ਬਿਮਾਰੀਆਂ, ਕੋਈ ਵੀ ਬਿਮਾਰੀ ਹੋਵੇ ਤੁਹਾਨੂੰ, ਜਿੱਦਾਂ ਦੱਸ ਹੀ ਦਿੱਤਾ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਇੱਦਾਂ ਦੀ ਬਿਮਾਰੀ ਹੋਵੇ ਜਿਹਦਾ ਜਿਹਦੇ ਕਰਕੇ ਤੁਹਾਨੂੰ ਦਵਾਈ ਨਾ ਲੱਗਦੀ ਹੋਵੇ, ਬਿਮਾਰੀ ਵੱਧਦੀ ਜਾਵੇ, ਤਾਂ ਤੁਸੀਂ ਇਹ ਢਾਲਾ ਕਰ ਸਕਦੇ ਹੋ। ਇਹ ਹੁਣ ਜਿਹੜਾ ਢਾਲਾ ਆ ਇਹਦੇ ਨਾਲ ਕੀ ਹੁੰਦਾ ਆ, ਜਿੱਦਾਂ ਇਹਨੂੰ ਮਤਲਬ ਬਹੁਤ, ਜੇ ਆਪਾਂ ਬਿਮਾਰੀਆਂ ਦੀ ਗੱਲ ਕਰੀਏ ਕੀਤੀ ਜਾਵੇ, ਬਿਮਾਰੀਆਂ ਦੇ ਲਈ ਇਹ ਕੰਮ ਵਰਤਿਆ ਜਾਂਦਾ। ਇਹ ਕੋਈ ਜਿੱਦਾਂ ਕੋਈ ਹੋਰ ਬੰਦੇ ਦੀ ਕਹਿੰਦੇ ਨਾ ਕਿਸਮਤ ਭਾਗ ਸੁੱਤਾ ਪਿਆ ਹੋਵੇ, ਤਾਂ ਵੀ ਇਹ ਢਾਲੇ ਨਾਲ ਵੀ ਜਗਾਇਆ ਜਾਂਦਾ ਆ। ਇਹਦੇ ਨਾਲ ਬੜੇ ਬੜੇ ਵੱਡੇ ਕੰਮ ਹੁੰਦੇ ਆ, ਚੁਟਕੀਆਂ ਦੇ ਨਾਲ ਵੱਜ ਕੇ ਜਿੱਦਾਂ ਚੁਟਕੀ ਵੱਜਦੀ ਉੱਦਾਂ ਕੰਮ ਹੁੰਦੇ ਆ। ਅਤੇ ਬੜਾ ਕਹਿ ਲਓ ਬਾ ਕਮਾਲ ਢਾਲਾ ਬਾਬਾ ਜੀ ਦਾ ਇਹ ਢਾਲਾ। ਹਰ ਅਸੀਂ ਜਦੋਂ ਵੀ ਮਾਲਕ ਦਾ ਨਾਂ ਲੈ ਕੇ ਜਦੋਂ ਵੀ ਕਿਸੇ ਨੂੰ ਦਿੱਤਾ ਇਹ ਢਾਲਾ, ਤਾਂ ਉਹਨੂੰ ਫਾਇਦਾ ਹੋਇਆ ਹੀ ਆ। ਤਾਂ ਹੁਣ ਇਹ ਕਰਨਾ ਕਿੱਦਾਂ, ਪਹਿਲਾਂ ਸੁਣੋ ਤੁਸੀਂ ਕੀ ਕਰਨਾ। ਕੱਚਾ ਦੁੱਧ ਲੈਣਾ ਆ, ਅੱਧਾ ਕੁ ਕਿਲੋ ਦਾ ਜਿਹੜਾ ਦੁੱਧ ਹੈ ਤੁਸੀਂ ਉਹ ਲੈ ਲੈਣਾ। ਅੱਧਾ ਕਿਲੋ ਦੁੱਧ ਹੈ ਉਹਨੂੰ ਗਰਮ ਨਹੀਂ ਤੁਸੀਂ ਕਰਨਾ। ਉਸ ਦੁੱਧ ਦਾ ਤੁਸੀਂ ਕੀ ਕਰਨਾ, ਜਿਹੜਾ ਤੁਹਾਡਾ ਰੋਗੀ ਹੈ, ਜਿਹਨੂੰ ਜਿਹੜਾ ਵੀ ਬਿਮਾਰ ਆ ਤੁਹਾਡਾ ਜੀ, ਜਿਹਨੂੰ ਕੋਈ ਦਵਾਈ ਦਾ ਕੋਈ ਉਹ ਨਹੀਂ ਹੋ ਰਿਹਾ, ਅਸਰ ਨਹੀਂ ਹੋ ਰਿਹਾ, ਉਹ ਦਵਾਈ ਤੁਸੀਂ ਕੀ ਕਰਨਾ, ਦੁੱਧ ਲੈਣਾ, ਉਹਦੇ ਸਿਰ ਤੋਂ ਘੁਮਾ ਲੈਣਾ ਪੂਰਾ 7 ਵਾਰ ਉਲਟਾ ਘੁਮਾ ਲੈਣਾ ਦੁੱਧ, ਫਿਰ ਉਹਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਵਾਰ ਫਿਰ ਵਾਰ ਲੈਣਾ ਦੁੱਧ ਨੂੰ, ਠੀਕ ਹੈ ਜੀ। ਦੁੱਧ ਨੂੰ ਵਾਰ ਕੇ ਉਹਦੇ ਕੱਚੇ ਦੁੱਧ ਨੂੰ ਤੁਸੀਂ ਵਾਰ ਲੈਣਾ, ਕੱਚੇ ਦੁੱਧ ਨੂੰ ਵਾਰ ਕੇ ਉਹਦੇ ਵਿੱਚ ਕੁਛ ਨਹੀਂ ਪਾਉਣਾ, ਨਾ ਕੋਈ ਚੀਨੀ, ਨਾ ਕੁਛ, ਨਾ ਲੈਣਾ, ਨਾ ਕੁਛ ਦੇਣਾ। ਤੁਸੀਂ ਬਾਬਾ ਭੈਰੋ ਜੀ ਦੀ ਫਰਿਆਦ ਕਰਨੀ ਆ ਕਿ ਇਹ ਬਾਬਾ ਭੈਰੋ ਜੀ, ਸਾਡਾ ਇਹ ਜੀਏ ਨੂੰ ਇਹਦੀ ਬਿਮਾਰੀ ਦਾ ਰੋਗ ਸਾਨੂੰ ਸਮਝ ਨਹੀਂ ਆ ਰਿਹਾ, ਇਹ ਠੀਕ ਹੋ ਜਾਵੇ ਤੁਹਾਡੀ ਕਿਰਪਾ ਦੇ ਨਾਲ। ਇਹ ਉਹ ਜਿਹੜਾ ਦੁੱਧ ਹੈ ਉਹ ਦੁੱਧ ਤੁਸੀਂ ਬਾਹਰ ਕੀ ਕਰਨਾ, ਇੱਕ ਮਿੱਟੀ ਦਾ ਬਰਤਨ ਲੈ ਕੇ ਉਹਦੇ ਵਿੱਚ ਪਾ ਦੇਣਾ, ਘਰ ਦੇ ਬਾਹਰ ਰੱਖ ਦੇਣਾ, ਕਿਸੇ ਦਰਵੇਸ਼ ਨੂੰ ਪਾ ਦੇਣਾ। ਦਰਵੇਸ਼ ਜੇ ਕਾਲਾ ਮਿਲ ਜਾਵੇ ਤਾਂ ਉਹਨੂੰ ਕਾਲੇ ਨੂੰ ਪਾ ਦੇਣਾ, ਅਤੇ ਜੇ ਕੋਈ ਕਾਲਾ ਨਹੀਂ ਹੈਗਾ, ਕੋਈ ਦਰਵੇਸ਼ ਆ ਪਾਉਣਾ ਪਰ ਕੁੱਤੇ ਨੂੰ ਆ, ਕੁੱਤੀ ਨਾ ਹੋਵੇ, ਕੁੱਤੇ ਨੂੰ ਪਾਉਣਾ। ਇਹ ਇੰਨਾ ਧਿਆਨ ਰੱਖੋ ਕਿ ਕੁੱਤਾ ਹੋਵੇ, ਕੁੱਤਾ ਪੀਵੇ ਇਸ ਚੀਜ਼ ਨੂੰ, ਤਾਂ ਫਾਇਦਾ ਬਹੁਤ ਜਲਦੀ ਮਿਲੂਗਾ। ਅਤੇ ਜਦੋਂ ਤੁਸੀਂ ਇਹ ਲਗਾਤਾਰ ਤੁਸੀਂ 21 ਦਿਨ ਕਰ ਲੈਣਾ, 21 ਦਿਨ ਰੋਜ਼ ਇੱਦਾਂ ਹੀ ਕਰਨਾ ਉਸ ਮਰੀਜ਼ ਤੋਂ, ਤੁਸੀਂ ਦੇਖਿਓ 1 ਹਫ਼ਤੇ ਦੇ ਵਿੱਚ ਤੁਹਾਨੂੰ ਇਹਦਾ ਜਿਹੜਾ ਰਿਜ਼ਲਟ ਆ ਨਾ 1 ਹਫ਼ਤੇ ਦੇ ਵਿੱਚ ਸਾਹਮਣੇ ਆ ਜਾਂਦਾ ਆ। ਤੁਹਾਡਾ ਜਿਹੜਾ ਰੋਗੀ ਹੈ ਬਿਲਕੁਲ ਕਹਿ ਲਓ ਕਿ ਜਿੱਦਾਂ ਉਹਦੇ ਚਿਹਰੇ 'ਤੇ ਰੰਗਤ ਆਉਣੀ ਸ਼ੁਰੂ ਹੋ ਜਾਏਗੀ, ਜਿੱਦਾਂ ਉਹ ਦਵਾਈ ਦਾ ਅਸਰ ਨਹੀਂ ਹੁੰਦਾ ਹੋਊਗਾ, ਉਹ ਦਵਾਈ ਦਾ ਅਸਰ ਵੀ ਹੋਏਗਾ ਉਹਨੂੰ, ਅਤੇ ਉਹਦੇ ਚਿਹਰੇ 'ਤੇ ਜਿਹੜੀ ਰੰਗਤ ਹੈ ਉਹ ਤੁਹਾਨੂੰ ਆਪਣੇ ਆਪ ਤਾਂ ਦੱਸੇਗੀ ਕਿ ਇਹਦੇ ਤੁਹਾਡਾ ਜਿਹੜਾ ਜੀ ਹੈ ਉਹ ਠੀਕ ਹੋਣਾ ਸ਼ੁਰੂ ਹੋ ਗਿਆ। ਉਹ ਆਪਣੇ ਆਪ ਮੂੰਹੋਂ ਦੱਸੇਗਾ ਕਿ ਹਾਂ ਮੈਨੂੰ ਹੁਣ ਥੋੜ੍ਹੀ ਥੋੜ੍ਹੀ ਫਰਕ ਪੈਣਾ ਸ਼ੁਰੂ ਹੋ ਗਿਆ। ਅਤੇ ਇਹ ਲਗਾਤਾਰ 21 ਦਿਨ ਤੁਸੀਂ ਕਰ ਦਿਓ, ਅਤੇ ਦੇਖਿਓ ਤੁਹਾਡੇ ਜਿਹੜੇ ਵੀ ਕੋਈ ਘਰ ਦਾ ਜਿਹੜਾ ਜੀ ਹੈ ਉਹ ਠੀਕ ਹੋ ਜਾਏਗਾ, ਬਿਮਾਰ ਜਿਹੜਾ ਵੀ ਹੈ ਉਹਨੂੰ ਦਵਾਈਆਂ ਦਾ ਅਸਰ ਸ਼ੁਰੂ ਹੋ ਜਾਏਗਾ, ਬਿਮਾਰੀ ਜਿਹੜੀ ਹੈ ਹੌਲੀ ਹੌਲੀ ਜਾ ਸਕਦੀ ਹੈ। ਪਰ ਇਸ ਢਾਲੇ ਨੂੰ 21 ਦਿਨ ਹੀ ਕਰਨਾ ਆ, ਜੇ ਤੁਸੀਂ ਅੱਗੇ 41 ਦਿਨ ਕਰਨਾ ਚਾਹੋ ਤਾਂ ਵੀ ਕਰ ਸਕਦੇ ਹਾਂ, ਕੋਈ ਇੱਦਾਂ ਦੀ ਉਹਦੇ ਵਿੱਚ ਉਹ ਨਹੀਂ ਹੈਗੀ ਵਹਿਮ ਕਰਨ ਵਾਲੀ, ਪਰ ਘੱਟੋ ਘੱਟ ਇਹ 21 ਦਿਨ ਕਰਨਾ ਪੈਂਦਾ ਹੈ, ਇੰਨਾ ਜ਼ਰੂਰ ਧਿਆਨ ਰੱਖ ਲਿਓ। 21 ਦਿਨ ਦਾ ਇਹ ਜਿਹੜਾ ਪ੍ਰੋਗਰਾਮ ਆ, 21 ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਫੁੱਲ ਜਿਹੜਾ ਰਿਜ਼ਲਟ ਆ ਮਿਲਦਾ ਆ। ਅਤੇ ਦੋਸਤੋ
ਇਹ ਜਿਹੜਾ ਢਾਲਾ ਸੀ ਇਹੀ ਢਾਲਾ ਸੀਗਾ। ਇਹੀ ਸਾਡੀ ਅੱਜ ਦੀ ਵੀਡੀਓ ਸੀ। ਜੇ ਚੰਗੀ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ। ਜੈ ਪੀਰਾਂ ਦੀ, ਜੈ ਮਸਤਾਂ ਦੀ। ਮਾਲਕ ਭਲੀ ਕਰੇ।